हाँ जी गाइस, की हाल चाल, सत श्री अकाल, वेलकम बैक टू द न्यू वीडियो फार्मिंग सिमुलेटर 19 ते प्लेलिस्ट हैगी इंडियन मोड्स ओनली ते जिहदे विच असीं वध तों वध इंडियन मोड्स यूज करांगे ते तुहाडा सारिआं दा स्वागत है एक घेंट जी वीडियो दे विच। मैं होप करदा तुसीं जिथे भी होवोंगे इस वेले चढ़दी कला विच होवोंगे, वैल एंड गुड होवोंगे। ते अज दी वीडियो विच यार काफ़ी कुछ तां चलो है नवां, ते बहुत कुछ नवां अगे भी आऊगा आंदा रहूगा। ते अज दी वीडियो दी गल कर लईए तां असीं भाई गेम का नाम मैं पहले दस दिना, काफ़ी भाई पूछते रहेंगे ने, यह गेम का नाम है फार्मिंग सिमुलेटर 19, ठीक है भाई। तो ओनली पीसी या लैपटॉप में चल रही जी, लैपटॉप पीसी वधिया वा। सो बाकी गल्ला करते हैं वीडियो दे विच। वीडियो स्टार्ट होने तो पहले नवे व्यूअर्स नूं दस देवां जिहड़े साडे चैनल ते पहली बार आए, उन्होंने दस देवां कि जे तुसीं फार्मिंग सिमुलेटर 19 या 22 फार्मिंग सिमुलेटर ते GTA 5 दे इंडियन मोड्स बिल्कुल फ्री चाहते हो तो बिल्कुल सही जगह आयो, चैनल में सबसक्राइब कर दो, क्योंकि असं इतने डे बाय डे इंडियन मोड्स लैके आते रहने। बस जब सबसक्राइबर गोल हों, जो सबसक्राइबर गोल कंप्लीट हो जाता वा, सो उदो फिर तू मोड मिल जाता विद लिंक। तो जोड़े पुराने मोड्स ने भी तुम वीडियो दसागे तुम किमें मिल सकते हैं। तो वीडियो की लाइक एम की गल की जाए तो वीडियो का लाइक एम फिर तो अभी 400 लाइक्स का रखते हैं, आई होप तुम सारे कंप्लीट करोगे ही। तो बाकी ਅਜਿਹਾ ਮੋਡ ਵਾਲਾ ਘੈਂਟ ਹੋਣ ਵਾਲਾ ਮੁੰਡੇ। ਅਤੇ ਸਾਊਂਡ ਦੀ ਗੱਲ ਦੱਸੋ ਯਾਰ, ਸਾਊਂਡ ਕੁਛ ਤੁਹਾਨੂੰ ਚੇਂਜ ਲੱਗਦਾ ਪਹਿਲੇ ਨਾਲੋਂ? ਸਾਊਂਡ ਦੇ ਵਿੱਚ ਮੈਂ ਕੁਝ ਚੇਂਜ ਕੀਤਾ ਵਾ, ਅਤੇ ਆਈ ਮੈਂ ਦੱਸੀ ਦਿੰਦਾ ਮਾਈਕ ਹੀ ਹੈ ਨਵਾਂ। ਸੋ ਜੇ ਤੁਹਾਨੂੰ ਸਾਊਂਡ ਕੁਆਲਿਟੀ ਵਧੀਆ ਲੱਗ ਰਹੀ ਹੈ ਤਾਂ ਜ਼ਰੂਰ ਕਮੈਂਟ ਕਰਿਓ, ਕਿਉਂਕਿ ਯਾਰ ਫਿਰ ਮੈਂ ਸੈਟਿੰਗਸ ਚੇਂਜ ਕਰਾਂ ਜੇ ਕੋਈ ਖਰਾਬੀ ਹੈਗੀ ਤਾਂ ਦੱਸਿਆ ਕਰੋ ਜ਼ਰੂਰ। ਅਤੇ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਸਟਾਰਟ ਨਿੱਕੀ ਜਿਹੀ ਇੰਟਰੋ ਤੋਂ ਬਾਅਦ। ਅਤੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਸਾਡੇ ਸਾਰਿਆਂ ਸਾਹਮਣੇ, ਮਤਲਬ ਤੁਹਾਡੇ ਸਾਰੇ ਸਕਰੀਨ 'ਤੇ ਦੋ ਗ੍ਰੀਨ ਕਲਰ ਦੀਆਂ ਕੰਬਾਈਨਾਂ ਸ਼ੋ ਹੋ ਰਹੀਆਂ ਨੇ, ਜੋਨ ਡੀਅਰ ਕੰਬਾਈਨ। ਜਿਹੜੇ ਬਾਈ ਸਾਡੇ ਨਾਲ ਚੈਨਲ ਦੇ ਜੁੜੇ ਹੋਏ ਨੇ, ਉਹਨਾਂ ਨੂੰ ਪਲੇਲਿਸਟ ਜਿਹੜੇ ਦੇਖਦੇ ਆ ਰਹੇ ਇੰਡੀਅਨ ਮੋਡਸ ਵਾਲੀ FS19, ਉਹਨਾਂ ਨੂੰ ਪਤਾ ਮੈਂ 2-3 ਵੀਡੀਓ ਵਿੱਚ ਕਰ ਰਿਹਾ ਸੀ ਕਿ ਬਾਈ ਕੰਪੈਨ ਲੈਣੀ, ਕਿਉਂਕਿ ਤੁਹਾਨੂੰ ਪਤਾ ਕਣਕ ਦਾ ਸੀਜ਼ਨ ਮੁੰਡੇ ਆ ਚੁੱਕਾ ਅਤੇ ਕਣਕ ਦੀਆਂ ਵਾਢੀਆਂ ਹੋ ਗਈਆਂ ਨੇ। ਸ਼ੁਰੂ ਸਾਡੇ ਕੋਲ ਇੱਕੋ ਕੰਬਾਈਨ ਸੀ, ਮੈਂ ਕਿਹਾ ਸੀ ਕਿ ਸਾਨੂੰ 2 ਕੰਬਾਈਨਾਂ ਚਾਹੀਦੀਆਂ ਵਾ। ਉਹ ਜਿਹੜੀ ਪਹਿਲੀ ਕੰਬਾਈਨ ਸੀ ਉਹ ਵੀ ਭੋਲੇ ਬਾਈ ਦੀ ਸੀਗੀ। ਭੋਲੇ ਬਾਈ ਦਾ ਯਾਰ ਬਾਹਲਾ ਸਮਾਨ ਸਾਡੇ ਫਾਰਮ 'ਤੇ ਆਇਆ ਗਿਆ ਰਹਿੰਦਾ ਵਾ, ਸੋ ਉਸ ਕਰਕੇ ਬਾਈ ਨਾਲ ਕੰਮ ਵਾਲਾ ਚੱਲਦਾ ਰਹਿੰਦਾ। ਉਹਨਾਂ ਦੇ ਖੇਤ ਵੀ ਇਸ ਵਾਰੀ ਇੱਕ ਸਾਡੇ ਕੋਲ ਹੈ, ਸੋ ਉਹਨਾਂ ਨੇ ਕੰਬਾਈਨ ਸਾਨੂੰ ਦਿੱਤੀ ਹੋਈ ਐਜ਼ ਅ ਕਿਰਾਏ 'ਤੇ, ਸੋ ਆਪਾਂ ਬਾਏ ਆਪਣੀਆਂ ਕਰਨੀਆਂ ਹੀ ਸੀਗੀਆਂ। ਸੋ 2 ਕੰਬਾਈਨਾਂ ਮੈਨੂੰ ਸੈਗਨੈਂਟ ਬਹੁਤ ਵਧੀਆ ਪ੍ਰਾਈਸ 'ਤੇ ਮਿਲ ਗਿਆ, ਅਲੱਗ ਅਲੱਗ ਜਗ੍ਹਾ ਤੋਂ ਮਿਲੇ ਬਟ ਹੈ ਸੇਮ ਆ। ਮੈਂ ਤਿਆਰ ਸੇਮ ਕਰਾਈ ਹੈ, ਕਿਉਂਕਿ ਜੋ ਮਾੜੇ ਮੋਟੇ ਚੇਂਜ ਸੀਗੇ ਉਹ ਅਸੀਂ ਸਹੀ ਕਰਾ ਲਏ। ਤੋ ਸੇਮ ਕੰਬਾਈਨ ਆ, ਜੋਨ ਡੀਅਰ ਕੰਬਾਈਨ ਆ। ਦੱਸੋ ਮੁੰਡੇ ਕਿਵੇਂ ਆ? ਜੇ ਤੁਹਾਨੂੰ ਸਾਰਿਆਂ ਨੂੰ ਚਾਹੀਦੀ ਆ ਤਾਂ ਅਸੀਂ ਆ ਸਬਸਕ੍ਰਾਈਬਰ ਗੋਲ ਰੱਖ ਦਿੰਦੇ, ਬਿਕੋਜ਼ ਮੈਨੂੰ ਪਤਾ ਨਹੀਂ ਇੰਡੀਅਨ ਕੰਬਾਈ ਬਾਈਆਂ ਨੂੰ ਪਸੰਦ ਆ, ਬਟ ਕਮੈਂਟ ਤਾਂ ਕਾਫੀ ਆਉਂਦੇ ਸੀ। ਮੈਂ ਖੁਦ ਭੁੱਲ ਗਿਆ ਸੀ ਬਣਾ ਕੇ ਕਿ ਮੇਰੇ ਕੋਲ ਇੰਡੀਅਨ ਕੰਬਾਈਨ ਹੈਗੀ ਆ, ਸੋ ਅੱਜ ਮੈਨੂੰ ਯਾਦ ਆਈ। ਸੋ ਜੇ ਤੁਹਾਨੂੰ ਸਾਰਿਆਂ ਨੂੰ ਚਾਹੀਦੀ ਹੈ ਤਾਂ ਅਸੀਂ ਇਹਦਾ ਸਬਸਕ੍ਰਾਈਬਰ ਗੋਲ ਰੱਖ ਦਿੰਦੇ ਹਾਂ ਬਹੁਤ ਜਲਦ ਤੋਂ ਜਲਦੀ। ਅਤੇ ਗੱਲ ਹੁਣ ਇਵੇਂ ਹੈ ਕਿ ਜਿਵੇਂ ਤੁਹਾਨੂੰ ਪਤਾ ਲਾਸਟ ਵੀਡੀਓ ਦੇ ਵਿੱਚ ਥੋੜ੍ਹਾ ਮੈਂ ਕੰਟੈਕਸਟ ਦੱਸ ਦਿੰਦਾ, ਲਾਸਟ ਵੀਡੀਓ ਵਿੱਚ ਅਸੀਂ ਆਪਣਾ ਸਵਰਾਜ ਏਜੰਸੀ ਦੇ ਕੇ ਆਏ ਸੀ ਟਾਇਰ ਚੇਂਜ ਕਰਾਉਣ ਨੂੰ। ਸੋ ਟਾਇਰ ਟੱਪੇ ਦੇ ਚੇਂਜ ਹੋ ਚੁੱਕੇ ਆ, ਅਸੀਂ ਜਿੱਦਾਂ ਸਾਡੇ ਕੋਲ ਦੂਜਾ ਸਵਰਾਜ ਸੀ ਆਪਾਂ ਸੇਮ ਤਿਆਰ ਕਰਾ ਲਿਆ ਵਾ। ਸੋ ਬਾਈ ਹੋਰ ਕਹਿੰਦੇ ਸੀ ਉਹ ਵੀ ਲੈ ਜਾਇਓ। ਅਤੇ ਫਿਲਹਾਲ ਇੱਧਰਲੇ ਖੇਤਾਂ ਵਿੱਚ ਭੋਲੇ ਬਾਈ ਦੀ ਕੰਬਾਈਨ ਤੁਹਾਨੂੰ ਮੈਂ ਦਿਖਾ ਦਿੰਦਾ ਲੱਗੀ ਹੋਈ ਆ, ਇੱਧਰੋਂ ਲਾਈ ਸੀ ਆ ਇੱਥੇ ਬਾਈ। ਇਹ ਤਾਂ ਰੁਕ ਗਈ, ਕੀ ਹੋ ਗਿਆ? ਉਹ ਹੋ ਯਾਰ ਆ ਮੋਰੇ ਵੇਟ ਪਿਆ ਹੋਇਆ, ਵੇਟ ਮੁੰਡੇ ਉਹ ਵੇਟ ਅਸੀਂ ਇੱਥੋਂ ਚੱਕ ਲਈਏ ਤਾਂ ਕਿ ਸਾਨੂੰ ਈਜ਼ੀ ਹੋ ਜਾਵੇ, ਨਹੀਂ ਤਾਂ ਔਖਾ ਹੋ ਜਾਣਾ, ਨਹੀਂ ਤਾਂ ਕੰਬਾਈਨ ਤੋਰਨੀ ਨਹੀਂ। ਜੇ ਮੈਂ ਹੁਣ ਵੀ ਨਾ ਦੇਖਦਾ ਤਾਂ ਕੰਬਾਈਨ ਇੱਦਾਂ ਹੀ ਰਹਿ ਨਹੀਂ ਸੀ। ਸੋ ਸੁਪਰ ਸਟਰੈਂਥ ਅਸੀਂ ਕਰ ਲਿਆ ਔਨ, ਲਓ ਜੀ ਅਸੀਂ ਹਲਕ ਬਣ ਗਏ, ਲੱਗ ਜੂ ਕੰਬਾਈਨ, ਚੱਲਦੀ ਤਾਂ ਹੈ ਨਹੀਂ। ਚਲੋ ਰੋ ਮਿੰਟ ਰੁਕੋ ਮੁੰਡੇ, ਅਸੀਂ ਇੱਥੇ ਵੇਟ ਰੱਖ ਦਈਏ। ਅਤੇ ਵੇਟ ਹੁਣ ਕੀ ਆਪਾਂ ਉੱਧਰ ਲੈ ਗਏ ਹਾਂ, ਅਤੇ ਇਹ ਕੰਬਾਈਨ ਯਾਰ ਲੱਗੀ, ਓਹੋ ਹੈਲਪਰ ਭੱਜ ਗਿਆ ਯਾਰ, ਇੰਨਾ ਟਾਈਮ ਖਾਲੀ ਖੜੀ ਰਹੀ ਨਾ। ਚਲੋ ਕੋਈ ਨਾ, ਅਸੀਂ ਇਹਨੂੰ 2 ਮਿੰਟ ਲਗਾ ਦਈਏ ਆਪਾਂ ਫਿਰ ਤੋਂ ਹੈਲਪਰ 'ਤੇ। ਅਤੇ ਅੱਜ ਬਣਾਉਣੀ ਅਸੀਂ ਤੂੜੀ ਵੀ ਬਣਾਉਣੀ ਆ ਮੁੰਡੇ, ਕਿਉਂਕਿ ਚਲੋ ਆਪਾਂ ਪਸ਼ੂ ਵਗੈਰਾ ਤਾਂ ਨਹੀਂ ਰੱਖੇ ਬਟ ਤੂੜੀ ਤੁਹਾਨੂੰ ਪਤਾ ਮੰਡੀ ਵਿੱਚ ਬਾਹਲੀ ਵਧੀਆ ਪ੍ਰਾਈਸ ਚੱਲ ਰਿਹਾ ਇਸ ਵੇਲੇ ਤੂੜੀ ਦਾ। ਸੋ ਮੈਂ ਕਿਹਾ ਡਿਸਾਈਡ ਕਰ ਲਿਆ, ਮੈਂ ਕਿਹਾ ਚਲੋ ਤੂੜੀ ਵੀ ਵੇਚ ਹੀ ਦਿੰਦੇ ਹਾਂ ਬਣਾ ਕੇ ਨਾ, ਐਵੇਂ ਕਾਹਤੇ ਇੰਨੀ ਜ਼ਿਆਦਾ ਖਰਾਬ ਕਰਨੀ ਬਾਈ, ਥੋੜ੍ਹੇ ਬਹੁਤ ਖੇਤ ਹੋਣ ਤਾਂ ਕੋਈ ਇਸ਼ੂ ਨਹੀਂ ਹੁੰਦਾ। ਹੁਣ ਖੇਤ ਵੀ ਤੁਹਾਨੂੰ ਪਤਾ ਸੁੱਖ ਨਾਲ 4 ਨੇ, ਸੋ ਅਸੀਂ ਅੱਗੇ ਤੋਂ ਅੱਗੇ ਕੰਮ ਵਧਾ ਰਹੇ ਹਾਂ। ਮੇਰਾ ਮਨ ਕਰਦਾ ਕਿ ਜਿਹੜਾ ਗੱਬੇ ਰਸਤਾ ਜਿਹਾ ਇਸ ਤੋਂ ਵਧੀਆ ਇਹਨੂੰ ਇੱਕੋ ਹੀ ਖੇਤ ਕਰ ਦਈਏ ਤਾਂ ਕਿ ਸਾਨੂੰ ਈਜ਼ੀ ਹੋਵੇ, ਕਿਉਂਕਿ ਉੱਧਰਲੇ ਪਾਸੇ ਲੱਗੇ ਹੋਏ ਨੇ ਪੇੜ, ਤਾਂ ਪੇੜਾ ਕਰਕੇ ਬਾਈ ਕੰਬਾਈਨ ਰੁਕਣ ਦਾ ਜ਼ਿਆਦਾ ਚਾਂਸ ਹੈਗੇ ਆ। ਲਓ ਵੀ ਮੁੰਡਿਓ ਕੰਬਾਈਨ ਲਾ ਤੀ ਅਸੀਂ ਕੰਮ 'ਤੇ, ਅਤੇ ਤੂੜੀ ਵਾਲੀ ਮਸ਼ੀਨਾਂ ਵੀ ਮੈਂ ਆਪਦੇ ਮਤਲਬ ਰੈਂਟ 'ਤੇ ਲਈਆਂ। ਹੁਣ ਸਭ ਕੁਛ ਭੋਲੇ ਬਾਈ ਕੋ ਤਾਂ ਲੈ ਨਹੀਂ ਜਾਣਾ ਹੈਗਾ। ਅਤੇ ਤੁਹਾਨੂੰ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਂਦਾ ਵਾਂ, ਇੱਕ ਵਾਰੀ ਇਹ ਬੰਬ ਵਾਲਾ ਸ਼ਟਰ ਓਪਨ ਕਰ ਦਈਏ। ਲਓ ਵੀ ਮੁੰਡਿਓ ਅਤੇ ਇਹਦੇ ਵਿੱਚ ਬਾਹਲਾ ਆਪਣਾ ਸਮਾਨ ਖੜਾ ਵਾ, ਸਭ ਤੋਂ ਪਹਿਲਾਂ ਆਪਾਂ 1x1 ਕੱਢਦੇ ਹਾਂ ਬਾਹਰ, ਬਸ ਉਹ ਖੁੱਲ੍ਹ ਗਿਆ ਮੁੰਡਿਓ। ਅਤੇ ਆ ਰਹੀ ਸਾਡੀ ਸਕੋਰਪੀਓ, ਅਤੇ ਬਾਹਲੀ ਸਕੋਰਪੀਓ ਘੈਂਟ ਆ। ਅਤੇ ਮੇਰਾ ਇੱਕ ਮਨ ਕਰਦਾ ਗਾਇਸ, ਹੁਣ ਨਵੀਂ ਸਕੋਰਪੀਓ ਚਲੋ ਆਈ ਗਈ ਆ, ਹੁਣ ਤੁਸੀਂ ਇਹ ਦੱਸੋ ਅਸੀਂ ਇਸ ਸਕੋਰਪੀਓ ਨੂੰ ਕਨਵਰਟ ਕਰਾ ਦਈਏ, ਕਿਉਂਕਿ ਨਵੀਂ ਤਾਂ ਬਾਹਲੀ ਮਹਿੰਗੀ ਆ ਅਤੇ ਹਲੇ ਲੈ ਵੀ ਨਹੀਂ ਹੋਣੀ।
सो मेरा मन करता जेडे पैसे उत्ते लाने 2-4 लाख ला के मुंडे की शो कन्वर्ट करा दी, मतलब बॉडी बॉडी कन्वर्ट करा दी, तो शौक का शौक भी पूरा जो आपकी चीज़ की चीज़ रहा जो ना पहली चीज़ तुम्हें पता बेचन का मन नहीं करता, बाली औखी कमाई बंद ने करके ले होंगी आ। अर्जन अर्जन ना भी अच्छ असं तूड़ी करा तो सिटी सुनो मुंडे अर्जन की घेंट लगी तो लाइक कर दो आ चको इनू कट लिए बैक तो कुछ नव जे तुम सारा शो हो रहा नवे व्यूअर्स का चलो कहना ही है कुछ नहीं है क्योंकि वो तो पहली बार ही आए हुए ना इनू इतने पार कर नवे व्यूअर्स ना चलो छोड़ो बाकी प्राण इधरला भी शटर खोल ही लिया अस पाली आवाज करता हो यार एक तो आ रहा भाई आपका साडा स्वराज स्वराज ये वर्गे सेम बना लिया मैं अलग अलग की करने तो आप दोनों सेम स्वराज रख ले तो हम सू पंगा नहीं पता करूँगा तो बाली आवाज यदि उच्ची है सो आप अंदर ही बह जाने ये भी देखते अच्छे की काम करना वा तो जिमें तुम सारे पता ही सी भोले बाजा ट्रैक्टर साढ़े को बाले दिन का आया होगा तो आ देखो मुंडे मैं तुम दसा सी ना कि बॉडी चेंज होने वाली कि बॉडी ऑर्डर की हुई सो बॉडी जो ही आई सारा काम यदा आप दिनों दिन ही कंप्लीट करता तो हूँ भोला बाई कहता मैं लै जूँगा इनू जब भी मेरा गेड़ा बजे मैं चल भाई कोई नक्कर नहीं लै जी तो जे तुम्हें ओल्ड मॉडल देखना मतलब जिन्होंने आप मोडीफाई किया तो पुरानी वीडियोज़ में तुम्हें ईजीली देखने मिल जूगा इस तो लास्ट मतलब प्लेलिस्ट खोल के उस देखियो FS19 इंडियन मोटरवेज तो असं इनू की तो की बनाया ज़्यादा चेंजेस नहीं गए बट मेजर चेंज असं बहुत व्डा किया सो बाई कहता मैं लै जूँगा इनू बहुत जल्दी वैसे मैंने यही नहीं गल पता मैं गराज खाली कहते करता चलो करता कर दिता तो इधर गेट गेट तो ही चक्कर नहीं तो हूँ असी देखिए पहला बाकी कंबाइना वो भाई कंबाइना बाकी काम तो लाइए सारे खेत ऐसे खड़े हुए हैं असी गल्ला मारी जाने इधर भाई आ चको मुंडे पहला एक पासा खाली करते हैं तो असी लास्ट ले उधरले खेत चलते इधर तो वड्डी मशीन लगी हुई है क्योंकि वह वड्डे भाई तुम्हें पता भोला भाई सामी बंदा को पैसे की घाट आ साडे अर्गियां नूं आ देख लो गेम वाले भी कहते कि गेम खरीद तू भाई कहते ही खरीद दिए जब साडा सरदा तो असी भाई 2500 रुपये कहते पट्टीए गेम से चलो चलते हैं तो ट्रैक्टर जोड़ा आपका कन्वर्ट होया वा साडा कन्वर्ट नहीं मतलब चेंज होया सारा नॉर्मल ही है इन्ना कोई उस हुई डिफरेंस नहीं है मैं तुम्हें दस टायर चेंज कराने तो फिर सर्विस वगैरह सारी कुछ कराती स्पीकर भी मैं ज़्यादा चेंज ही कराते तो यार टायर व्डे नहीं पाए है करिए तो कंबाइन स्टार्ट तो यदा ब्लेड ज़्यादा व्डा भी नहीं है तो कपैसिटी भी बाली नहीं हैगी तो आप हैल्पर से लगा दें क्योंकि दूजी कंबाइन भी खड़ी हुई है उन्होंने भी लैके आना वा तो चलिए मुंडे जल्दी जल्दी कंबाइन ला के तो आप तूड़ी वाली मशीन भी लानी तो तूड़ी वाली मशीन तो असी अज अर्जन जोड़ा अपना नवा 855 असी लैके आना वा असी वो लगाने तो देखते हैं किन्ना क मज़ा आता वा क्योंकि 855 जोड़ा वा वो भी थोड़ा नवा तो 605 भी बाला हले चलिया नहीं है सो इंजन वजो असी परखना उन्होंने चंगी तरह तो इंजन वजो जो परख गया तो भाई फिर ही वो पास है ना तो इधर लगी हुई है कंबाइन देख लो भाई भोले बाई वाली कंबाइन बाली घेंट कंबाइन आ ब्लेड भी काफ़ी व्डा वह साड़ियाँ का चलो कोई चक्कर नहीं सो खेत काफ़ी व्डा आ असी दोनों पास्यो लगा देनी है ताकि साडा खेत जल्दी जल्दी कंप्लीट हो इधरों बाद असी उधरले खेत चल जाना कां भाई उड़ जा जल्दी जल्दी चलो भी मुंडे इधर भी असी हैल्पर ला दिता आ तो हैल्पर का तो इधरला तो असं थोड़ा जहा आप कर लेने ना तो तुम कंबाइन की मशीन भी दिखा के दिखा दें चला के कि किमें चलती है तो देखो भाई हैल्पर के काम देखो कितों स्टार्ट करके कितने मकान है ना हूँ इनू बंदा की कवे देखो किन्नी लाइन छड़ी आ लो जी असं अंदर बह के तुम दिखा दें कि किमें चलती कल कोई बाइक आवे ना कंबाइन खराब तो जल्दी जल्दी दसो यार तुम सारे लिंक चाहिए तो आप सबसक्राइबर गोल रखिए क्योंकि 10,000 सबसक्राइबर भी मुंडे होने वाले आ उसते भी तुम्हें बहुत कुछ नवं मिलना इदा का कि तुम सारे खुश हो जाओगे देख के बहुत कुछ प्लैन करी बैठा बस उसे सपोर्ट करना जल्दी तो जल्दी 10,000 सबसक्राइबर कराने तो छोड़ो हमें इतने आप लगा दिए हैल्पर क्योंकि आप भाई मंडी भी जाना तो मंडी दे मंडी कहता भाई आई देखो इन्हों भाई आप दे नशे है कोई लड़ी जाओ यार इन्हों का भाई दीन धर्म कोई नहीं लड़ाई से बोलने का कोई फायदा नहीं है इन्होंने भाई लड़ लुड़ के आप कट्ठे होना तो साढ़े अर्गे ने फस देना तो तूड़ी वाली मशीन भी तुम्हें मैं सारा दिखा दिना वा तो आ रही भाई तूड़ी वाली मशीन तूड़ी वाली मशीन तो याद है कि भाई आप जल्दी जल्दी चलीए ट्रक लैन ट्रैक्टर लैन ट्रक कहता ट्रैक्टर लैन जाना क्योंकि भाई एक पास जी भोले बाई की मशीन वो तो खाली होने वाली आ जल्दी तो जल्दी तो आ भाई साड़ी मतलब तैयार की हुई बाइक आपकी आपने तैयार की मुंडे मैं नैट तो चक्की है बट बाइक वाली घेंट सी लास्ट टाइम असं भाई जो गए थे तो उत्थे सानू पसंद आ गई सी भाई ओ ए नी आ व्यू आ यार इहदा घेंट धूम मैं कहना धूम 4 विच ना आ गई मुंडे धूम 4 यार मैनूं तां याद भी नहीं हैगा भाई
ਮਤਲਬ ਉਹ ਦੇਖੋ ਯਾਰ ਤੁਸੀਂ ਕੋਈ ਬਾਈਕ ਦੀ ਗਰੇਸ ਲੁੱਕ ਦੇਖੋ ਯਾਰ ਕਿੰਨੀ ਘੈਂਟ ਆ, ਕੋਈ ਕਾਪੀ ਕਰ ਸਕਦਾ ਵਾ? ਓ ਆਹ ਬਾਈ, ਬਾਈਕ ਨੇ ਗਿਰਨ ਨਹੀਂ ਦੇਣਾ, ਬਾਈਕ ਨੇ ਨਹੀਂ ਸਿੱਟਣ ਦੇਣਾ ਤੁਹਾਨੂੰ ਕਿ ਬਾਈਕ ਕਹਿੰਦੀ ਮੈਂ ਤੁਹਾਨੂੰ ਛੱਡਣਾ ਨਹੀਂ ਹੈਗਾ। ਚਲੋ ਜੀ ਪਹੁੰਚ ਗਏ, ਬਾਹਲੀ ਦੂਰ ਨਹੀਂ ਹੈਗੀ ਸਾਡੀ ਇੱਥੇ ਬਾਈ ਸ਼ੋਪ ਇੱਕੋ ਹੀ ਆ, ਅਤੇ ਮੈਂ ਸੁਣਿਆ ਕਿ ਬਾਈ ਨਵੀਂ ਸ਼ੋਪ ਵੀ ਟਰੈਕਟਰਾਂ ਦੀ ਖੁੱਲ੍ਹਣ ਵਾਲੀ ਆ, ਅਤੇ ਆਪਾਂ ਦੇਖਦੇ ਹਾਂ ਬਾਈ ਉਹਦੇ ਵਿੱਚ ਇਨਵੈਸਟ ਕਰ ਦੇਵਾਂਗੇ। ਅਤੇ ਇੱਧਰ ਬਾਈ ਟਰੈਕਟਰ ਦੋ ਖੜ੍ਹੇ ਸਵਰਾਜ, ਇੱਕ ਤਾਂ ਚਲੋ ਆ ਜੀਟਰ ਹੈਗਾ ਹੀ ਆ, ਅਤੇ ਆ ਬਾਈਕ ਦੀ ਵੀ ਸਰਵਿਸ ਅਸੀਂ ਕਰਾਉਣੀ ਸੀ। ਅਤੇ ਆ ਰਿਹਾ ਸਾਡਾ 855, ਅਤੇ ਇਹਨੂੰ ਆਪਾਂ ਦੱਸਿਆ ਜੀ ਸਿੰਪਲ ਸੋਧੇ ਰੱਖਿਆ, ਬਿਲਕੁਲ ਸੇਮ ਕਰਾ ਲਿਆ ਉਹਦੇ ਵਾਂਗ। ਅਤੇ ਇੱਧਰ ਬਾਈ ਆ ਟਰੈਕਟਰ ਲੱਕੀ ਬਾਈ ਵਾਲਾ ਡਾਇਨਾਸੋਰ ਹੈ ਨਾ, ਉਹ ਬੱਲੇ ਬਾਈ ਕਿਆ ਬਾਤ ਹੈ, ਘੈਂਟ ਆ ਯਾਰ, ਬਿਲਕੁਲ ਵਾਲਾ ਵਧੀਆ ਲੱਗ ਰਿਹਾ। ਅਤੇ ਬਾਈ ਇਹ ਮੋਡ ਬਣਾਇਆ ਵਾ ਗਰੇਵਾਲ ਗੇਮਿੰਗ HR12 ਬਾਈ ਨੇ, ਸੋ ਬਾਈ ਦੇ ਚੈਨਲ ਨੇ ਵੀ ਜਾ ਕੇ ਨੀਚੇ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਮੋਡ ਦੇ ਰਿਲੇਟਡ ਸਾਰੇ ਲਿੰਕ ਤੁਹਾਨੂੰ ਉਹਨਾਂ ਦੇ ਚੈਨਲ 'ਤੇ ਮਿਲੂਗੇ। ਹਾਲੇ ਕੋਈ ਸਬਸਕ੍ਰਾਈਬਰ ਗੋਲ ਨਹੀਂ ਆਇਆ, ਉਹਨਾਂ ਦੇ ਚੈਨਲ ਨੂੰ ਆ ਕੇ ਵਿਜ਼ਿਟ ਕਰੋ, ਅਤੇ ਤੁਹਾਨੂੰ ਵੀਡੀਓਸ ਵਗੈਰਾ ਮਿਲੂਗੀਆਂ, ਅਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ। ਅਤੇ ਥੈਂਕ ਯੂ ਫੋਰ ਯੂਅਰ ਸਪੋਰਟ ਗਰੇਵਾਲ ਗੇਮਿੰਗ ਬਾਈ। ਅਤੇ ਆਹ ਡਾਇਨਾਸੋਰ ਮੁੰਡੇ ਬਾਲਾ ਘੈਂਟ ਆ, ਮੇਰਾ ਤਾਂ ਮਨ ਕਰਦਾ ਆਹ ਹੀ ਲੈ ਜਾਈਏ ਘਰ ਨੂੰ। ਅਤੇ ਸਾਡੇ ਵਾਲਾ, ਕਿਉਂਕਿ ਸਾਡੇ ਵਾਲਾ 855 ਵੀ ਮੁੰਡੇ ਨਵਾਂ ਹੀ ਆ, ਹਲੇ ਉਹ ਲੱਗ ਗਿਆ, ਅਤੇ 2-2.5 ਲੱਖ ਨਹੀਂ ਲੱਗਾ ਜਿਵੇਂ ਡੈਕ ਵਗੈਰਾ ਟਾਇਰ ਵਗੈਰਾ, ਤਾਂ ਉਹ ਅਸੀਂ ਘਰ ਲਵਾਂਗੇ ਹੈ ਨਾ ਜੇ ਸਾਨੂੰ ਪਸੰਦ ਆ। ਅਤੇ ਬਾਈ ਹੁਣ ਅਸੀਂ ਫਿਰ ਆਹੀ ਲੈ ਜਾਣਾ ਘਰੇ, ਅਤੇ ਡੀਲਰਸ਼ਿਪ ਵਾਲੇ ਦਾ ਫੋਨ ਆਊਗਾ, ਉਹਨਾਂ ਨੂੰ ਕਹਿ ਦਾਂਗੇ ਬਾਈ ਤੂੰ ਸਾਡੇ ਵਾਲਾ 855 ਰੱਖ ਲਾ, ਅਤੇ ਅਸੀਂ ਆਹ ਲੈ ਕੇ ਚੱਲੇ ਹਾਂ। ਬਾਈ ਬੜਾ ਕੁ ਦੇਖੋ ਇਹ ਘੈਂਟ ਆ ਪੂਰਾ ਕੰਮ ਮੁੰਡਿਓ, ਚਲੀਏ ਫਿਰ ਪਾਈਏ ਗੇਅਰ ਬੱਲੇ ਬੱਲੇ। ਕੈਮਰਾ ਵੀ ਵਧੀਆ, ਅਤੇ ਵਿਊ ਇਹ 'ਚ 3 ਆ, ਅਤੇ ਆਵਾਜ਼ ਬਾਹਲੀ ਵਧੀਆ, ਲਾਊਡ ਆਵਾਜ਼ ਆ ਥੋੜ੍ਹੀ ਜੀ। ਖੋਲ ਦੋ ਬਾਈ ਗੇਟ, ਤੇਲ ਤਾਂ ਇਹ 'ਚ ਫੁੱਲ ਹੈਗਾ ਹੀ ਆ, ਫਿਰ ਪੰਪ ਜਾਣ ਦੀ ਲੋੜ ਨਹੀਂ ਹੈਗੀ। ਕਿਆ ਬਾਤ ਆ ਮੁੰਡੇ, 855 ਪੂਰਾ ਬੜਕਾ ਮਾਰਦਾ। ਅਤੇ ਇੱਧਰੋਂ ਲੈ ਕੇ ਜਾਂਦੇ ਅੱਗੇ ਟਰੱਕ ਵਾਲੇ ਫਿਰ ਹੋਣੇ ਆ, ਅਤੇ ਉਹਨਾਂ ਨੇ ਫਿਰ ਕੋਈ ਪੰਗਾ ਕ੍ਰੀਏਟ ਕਰਨਾ ਹੀ ਆ, ਸੋ ਆਪਾਂ ਕਿਸੇ ਪੰਗੇ 'ਚ ਪੈਣ ਨਾਲੋਂ ਵਧੀਆ ਆਰਾਮ ਨਾਲ ਇੱਧਰੋਂ ਚੱਲਦੇ ਅਤੇ ਆਪਦੇ ਖੇਤਾਂ 'ਚ। ਤਾਂ ਦੇਖੋ ਬਾਈ ਇੱਧਰ ਮਸ਼ੀਨਾਂ ਇੱਥੇ ਤੱਕ ਪਹੁੰਚ ਚੁੱਕੀਆਂ ਵਾ, ਅਤੇ ਉੱਧਰ ਬਾਈ ਭੋਲੇ ਬਾਈ ਵਾਲੇ ਨੇ ਤਾਂ ਬਾਹਲਾ ਕੰਮ ਕਰਤਾ ਹੁਣ। ਉੱਤੇ ਯਾਰ ਚੂੜੀ ਵਾਲੀ ਮਸ਼ੀਨ ਬਾਈ ਹੈਲਪਰ ਵੀ ਨਹੀਂ ਲਗਾ ਸਕਦੇ, ਹੈਲਪਰ ਲਗਾ ਦਿੰਦੇ ਹਾਂ ਦੇਖ ਲੈਂਦੇ, ਬਟ ਉਹਨੇ ਆਪਾਂ ਜਿੰਨਾ ਖਾਲੀ ਰਹਾ ਉਹ ਵੀ ਸਾਰਾ ਉਹਨੇ ਕਵਰ ਕਰਨਾ, ਅਤੇ ਪੈਸੇ ਦੁੱਗਣੇ ਲੈ ਜਾਣੇ। ਪੈਸੇ ਤਾਂ ਅੱਗੇ ਘੱਟ ਵਾ, ਅਤੇ ਪਰ ਕੋਈ ਚੱਕਰ ਨਹੀਂ, ਹੁਣ ਕਰਨਾ ਹੀ ਪੈਣਾ ਵਾ। ਅਤੇ ਆਈ ਥਿੰਕ ਆਹ ਵੀ ਫੁੱਲ ਹੋ ਚੁੱਕੀ ਆ, ਅਤੇ ਇਹਨੂੰ ਵੀ ਪਹਿਲਾਂ ਖਾਲੀ ਕਰਨਾ ਪੈਣਾ। ਸੋ ਪਹਿਲਾਂ ਅਸੀਂ 855 ਇੱਥੇ ਰਹਿਣ ਦੀਏ, ਅਤੇ 605 ਨੂੰ ਬਾਈ ਆਪਦੇ ਨੂੰ ਲੈ ਕੇ ਚੱਲਦੇ ਹਾਂ ਅਸੀਂ, ਉਹਦੇ ਨਾਲ ਲਾ ਦਈਏ ਤੂੜੀ ਵਾਲੀ ਮਸ਼ੀਨ, ਕਿਉਂਕਿ ਇੱਕ ਖੇਤ ਤਾਂ ਚਲੋ ਕੰਪਲੀਟ ਹੋਵੇ ਜਲਦੀ ਤੋਂ ਜਲਦੀ ਨਾ। ਲਓ ਮੁੰਡੇ ਮਾਰਤੀ ਅਸੀਂ ਸੈਲਫ ਦੀ ਸੀਟੀ ਵਾਲੀ, ਅਤੇ ਇਹਦਾ ਟਰਬੋ ਵੀ ਬਾਹਲਾ ਘੈਂਟ ਆ, ਅਤੇ ਇਹਦਾ ਬਾਈ ਜ਼ੋਰ ਦਾ ਪਤਾ ਲੱਗ ਜੂਗਾ ਅੱਜ ਜਦੋਂ ਤੂੜੀ ਵਾਲੀ ਮਸ਼ੀਨ 'ਤੇ ਚੱਲਣਾ, ਕਿਉਂਕਿ ਤੂੜੀ ਵਾਲੀ ਮਸ਼ੀਨ 'ਤੇ ਵੱਡੇ ਵੱਡੇ ਬਾਈ ਟਰੈਕਟਰ ਖੜ੍ਹ ਜਾਂਦੇ ਨੇ। ਇਹ ਵੀ ਬੜਾ ਵੱਡਾ ਟਰੈਕਟਰ ਆ, ਅਤੇ ਦੇਖ ਲੈਂਦੇ ਇਹਦੀ ਪਰਫੋਰਮੈਂਸ ਕਿਵੇਂ ਦੀ ਰਹੂਗੀ। ਬਾਈ ਟਰਾਲੀ ਕਾਹ 'ਤੇ ਨਹੀਂ ਭਰੀ ਯਾਰ ਹਜੇ ਤੱਕ, ਪਤਾ ਨਹੀਂ ਕੀ ਇਸ਼ੂ ਆ। ਚਲੋ ਕੋਈ ਨਾ, ਆਈ ਥਿੰਕ ਬਾਅਦ 'ਚੋਂ ਇਕੱਠੀ ਭਰ ਜਾਵੇ, ਪਹਿਲਾਂ ਤਾਂ ਇੱਦਾਂ ਹੀ ਹੁੰਦਾ ਸੀ। ਅਤੇ ਤੂੜੀ ਵਾਲੀ ਮਸ਼ੀਨ ਬਾਈ ਇੱਧਰ, ਪਹਿਲਾਂ ਮਸ਼ੀਨ ਅਸੀਂ ਖਾਲੀ ਕਰ ਦਈਏ, ਅਤੇ ਮਸ਼ੀਨ ਖਾਲੀ ਕਰਨ ਤੋਂ ਬਾਅਦ ਹੀ ਬਾਈ ਉਹਨੇ ਖੇਤ ਕਰਨੇ, ਬਟ ਰੁਕ ਜਾਂਦੇ ਹਾਂ ਨਾ, ਇੰਨਾ ਖੇਤ ਸਾਡੇ ਕੋਲ ਜਲਦੀ ਜਲਦੀ ਕੰਪਲੀਟ ਹੋ ਜਾਵੇ। ਅਤੇ ਆਹ ਵਾਲਾ ਖੇਤ ਤਾਂ ਅਸੀਂ ਇਹਦੇ ਨਾਲ ਕਰ ਦਿਓ, ਬਟ ਡਾਇਨਾਸੋਰ ਦਾ ਅਸੀਂ ਟੈਸਟਿੰਗ ਕਰਨੀ ਆ, ਸੋ ਆਹ ਲਾਈਨ ਕੰਪਲੀਟ ਕਰਕੇ ਮੁੰਡੇ ਅਸੀਂ ਡਾਇਨਾਸੋਰ ਬੁਲਾਉਂਦੇ ਹਾਂ, ਡਾਇਨਾਸੋਰ ਦੇ ਨਾਲ ਦੇਖਦੇ ਹਾਂ ਕੀ ਹੁੰਦਾ। ਚਲੋ ਇਹਨੂੰ ਇੱਥੇ ਰੱਖ ਦਿੰਦੇ ਹਾਂ, ਇਹ ਕਿਹੜਾ ਕਿਤੇ ਚੱਲੀ ਨਾ, ਟਰੈਕਟਰ ਨੂੰ ਕਰ ਦਿੰਦੇ ਹਾਂ ਬੰਦ। ਬਾਈ ਲੱਗ ਜਾਂਦਾ ਹੈਲਪਰ, ਪਰ ਜਿੱਦਾਂ ਮੈਂ ਉਤਰਦਾ ਨਾ, ਨਹੀਂ ਉਨਾ ਕੀ ਜਾਂਦਾ ਹੈਗਾ ਇਹ, ਨਹੀਂ ਬਈ ਹੈਲਪਰ ਨਾ ਨਹੀਂ ਹੋਣਾ ਕੰਮ। ਤੋ ਦੇਖ ਲੈਂਦੇ ਹਾਂ ਕਿ ਜੇ ਆਪਾਂ ਉਹਦੇ ਨਾਲ ਹੀ ਕਰਕੇ ਦੇ ਦੇ ਡਾਇਨਾਸੋਰ ਨਾਲ, ਜੇ ਨਹੀਂ ਤਾਂ ਫਿਰ ਬਾਈ ਇੱਦਾਂ ਹੀ ਪਾ ਦਾਂਗੇ ਖੇਤ ਮਸ਼ੀਨਾਂ ਦਾ ਕਿਰਾਇਆ, ਤਾਂ ਚਲੋ ਜਿੰਨਾ ਕਹੇਗਾ ਅਸੀਂ ਦੇ ਦੇਵਾਂਗੇ। ਤਾਂ ਅਗਲੀ ਵਾਰੀ ਸਹੀ ਚੰਗੀ ਤਰ੍ਹਾਂ ਮਸ਼ੀਨ ਚੈੱਕ ਕਰਾਉਂਦੇ, ਕਿਉਂਕਿ ਕਾਫੀ ਟਾਈਮ ਤੋਂ ਮਸ਼ੀਨਾਂ ਇੱਦਾਂ ਹੀ ਖੜ੍ਹੀਆਂ ਹੋਈਆਂ ਨੇ, ਅਤੇ ਬੰਦ ਪਈਆਂ ਹੋਈਆਂ, ਤਾਂ ਉਹਦੇ ਕਰਕੇ ਕੋਈ ਮੇਜਰ ਮਾਈਨਰ ਪ੍ਰੋਬਲਮ ਆਈ ਜਾਂਦੀ ਨਾ ਬਾਈ, ਤੁਹਾਨੂੰ ਪਤਾ ਮਸ਼ੀਨਰੀ ਆ, ਕੁਝ ਵੀ ਹੋ ਸਕਦਾ, ਨਹੀਂ ਤਾਂ ਐਂ ਖੇਤ ਵਾ ਦਿੰਦੇ ਅਸੀਂ। ਜਲਦੀ ਜਲਦੀ ਚਲੀਏ ਬਾਈ ਇੱਥੋਂ, ਆਪਾਂ ਇਹਨੂੰ ਵੀ ਕਰ ਦਈਏ ਪਾਈ। ਲਓ ਵੀ ਮੁੰਡੇ ਹੁਣ ਬੰਨੀ ਸਟਾਰਟ ਵੀ ਸਟਰੋ, ਉੱਧਰ ਪਤਾ ਕਿਉਂ ਨਹੀਂ ਬਣ ਰਹੀ ਸੀਗੀ। ਇੱਧਰ ਤਾਂ ਬਾਈ 855 ਦੀ ਆਵਾਜ਼ ਹੀ ਪੂਰੀ ਸ਼ਾਂਤ ਹੋ ਗਈ, ਪਤਾ ਨਹੀਂ ਕੀ ਸੀਨ ਪੈ ਗਿਆ। ਦੇਖੋ ਬਾਈ ਟਰਾਲੀ ਤਾਂ ਭਰ ਰਹੀ ਹੈ ਨਾ, ਬਟ ਇਸ਼ੂ ਪਤਾ ਨਹੀਂ ਕੀ ਹੈ ਯਾਰ, ਆਹ ਦੇਖ ਲਓ ਟਰੈਕਟਰ ਦੀ ਬਾਈ, ਕੋਈ ਸਾਊਂਡ ਹੀ ਹੈ ਨਹੀਂ ਟਰੈਕਟਰ, ਐਨ ਹਲਕਾ ਹਲਕਾ ਸਪੀਡ ਤਾਂ ਚਲੋ ਦੱਸਦੀ ਹੈਗੀ ਆ, ਬਟ ਸਾਊਂਡ ਹੀ ਹੈ ਨਹੀਂ ਕੋਈ, ਪਤਾ ਨਹੀਂ ਕੀ ਇਸ਼ੂ ਆ, ਉਹਨੇ ਗਰੇਵਾਲ ਬਾਈ ਜਾਣੇ ਕੀ ਇਹਨੂੰ ਪ੍ਰੋਬਲਮ ਹੈਗੀ ਹੈ ਨਾ, ਕਿ ਜਿਹਦੇ ਕਰਕੇ ਇੱਦਾਂ ਹੋ ਰਿਹਾ ਵਾ। ਚਲੋ ਅਸੀਂ ਤਾਂ ਆਰਾਮ ਨਾਲ ਆਪਦਾ ਚਲਾਉਂਦੇ ਹਾਂ ਹੌਲੀ ਹੌਲੀ, ਊਂ ਤਾਂ ਇੰਨੀ ਸਪੀਡ ਦੇ ਟਰੈਕਟਰ ਚੱਲਦੇ, ਬਟ ਸਾਊਂਡ ਤਾਂ ਬਿਲਕੁਲ ਹੀ ਡੈਡ ਹੋ ਗਈ ਆ। ਹਲਕੀ ਫੁਲਕੀ ਵੀ ਸਾਊਂਡ ਨਹੀਂ ਹੈਗੀ, ਕਿ ਸਾਊਂਡ ਹਲਕੀ ਫੁਲਕੀ ਹੋਵੇ ਨਾ, ਉਹ ਵੀ ਚੀਜ਼ ਹੈ ਨਹੀਂ। ਅਤੇ ਟਰਾਲੀ ਤੋਂ ਜੀ ਫੁੱਲ ਹੋ ਰਹੀ ਆ, ਅਤੇ ਆਰਾਮ ਨਾਲ ਅਸੀਂ ਲੱਗਦੇ ਹਾਂ। ਡੈੱਕ ਤਾਂ ਆਪਾਂ ਚਲਾਏ ਨਹੀਂ ਹੈਗੇ, ਕਿਉਂਕਿ ਮੁੰਡਾ ਤੁਹਾਨੂੰ ਪਤਾ ਕਾਪੀਰਾਈਟ ਆ, ਇਹਨਾਂ ਨੇ ਤੁਹਾਨੂੰ ਆਪਾਂ ਗਾਣੇ ਸੁਣਾਉਣੇ ਸੀ ਫੁੱਲ ਬੇਸ ਵਾਲੇ, ਅਤੇ ਹੈੱਡਫੋਨ ਲਾ ਕੇ। ਕੋਈ ਨਾ, ਆਪਾਂ ਅਗਲੀ ਵੀਡੀਓ ਤੁਹਾਨੂੰ ਇਹਦਾ ਮਿਊਜ਼ਿਕ ਸਿਸਟਮ ਵੀ ਚਲਾ ਕੇ ਦਿਖਾਵਾਂਗੇ।
ਤੁਸੀਂ ਸਾਊਂਡ ਦੱਸਿਓ ਕਿਵੇਂ ਲੱਗੀ ਉਹਦੇ ਵਿੱਚ। ਅਤੇ ਬਾਕੀ ਗਰੇਵਾਲ ਗੇਮਿੰਗ ਬਾਈ ਜੇ ਤੂੰ ਦੇਖ ਰਿਹਾ ਵਾ ਤਾਂ ਬਾਈ ਤੂੰ ਪਤਾ ਨਹੀਂ ਕੀ ਚੱਕਰ ਆ ਬਾਈ, ਤੇਰੇ ਮੋਡ ਵਿੱਚ ਲਾਈਟ ਦਾ ਇਸ਼ੂ ਹੁੰਦਾ। ਲਾਈਟ ਮੈਨੂੰ ਪਿਛਲੇ ਟਰੈਕਟਰ ਦੇ ਵਿੱਚ ਵੀ ਚੱਲੀ ਸੀਗੀ, ਇੱਕ ਅੱਧੇ ਟਰੈਕਟਰ 'ਚ ਚੱਲੀ ਸੀ। ਸੋ ਜੇ ਬਾਈ ਤੂੰ ਦੇਖ ਰਿਹਾ ਨਾ, ਓਨੈਸਟ ਰਿਵਿਊ ਮੇਰਾ ਇਹੀ ਹੈ ਕਿ ਤੂੰ ਬਾਈ ਲਾਈਟਿੰਗ ਵੱਲ ਕੰਮ ਕਰ, ਬਾਕੀ ਤਾਂ ਪੂਰਾ ਟਰੈਕਟਰ ਤੇਰਾ ਓਕੇ ਹੁੰਦਾ ਹੀ ਆ। ਅਤੇ ਜਿਹੜਾ ਟਰੈਕਟਰ ਮੈਂ ਸੋਚਦਾ ਬਣਾ ਦੀ ਤੂੰ ਪਹਿਲਾਂ ਬਣਾ ਕੇ ਮੈਨੂੰ ਭੇਜ ਦਿੰਦਾ ਵਾ, ਬਾਕੀ ਕੋਈ ਚੱਕਰ ਨਹੀਂ। ਅਤੇ ਬਾਈ ਉਹ ਬਾਈ ਨੂੰ ਵੀ ਸਪੋਰਟ ਕਰਿਓ ਸਾਰੇ, ਐਂਡ ਸਬਸਕ੍ਰਾਈਬ ਕਰਿਓ, ਅਤੇ ਉੱਥੇ ਤੁਹਾਨੂੰ ਲਿੰਕ ਵਗੈਰਾ ਇਹਦਾ ਮਿਲੂਗਾ। ਅਤੇ ਬਾਈ ਇੱਕ ਗੱਲ ਨਾ, ਇਹਨੂੰ ਹੈਲਪਰ 'ਤੇ ਲਾ ਕੇ ਦੇਖ ਲੈਂਦੇ ਹਾਂ। ਹੈਲਪਰ ਵਾਲਾ ਕੰਮ ਬਾਈ ਔਖਾ ਹੀ ਆ। ਕੋਈ ਨਾ, ਅਸੀਂ ਬਾਈ ਆਪਦਾ ਹੀ ਕਰ ਲੈਂਦੇ ਜਿੰਨਾ ਕੁ ਸਾਡੇ ਕੋਲ ਹੁੰਦਾ ਹੈ ਨਾ, ਜਿੰਨੀ ਜਲਦੀ ਹੋ ਜਾਵੇ ਅਸੀਂ, ਕਿਉਂਕਿ ਜਿੰਨਾ ਕੁ ਸਾਡੇ ਕੋਲ ਹੋਈ ਜਾਊਗਾ ਅਸੀਂ ਕਰੀ ਜਾਵਾਂਗੇ। ਜਿੱਥੇ ਸਾਡੀਆਂ ਬਾਈ ਕੰਬਾਈਨਾਂ ਰੁਕ ਗਈਆਂ ਅਸੀਂ ਉੱਥੇ ਫਿਰ ਇਹਨਾਂ ਨੂੰ ਟਰਾਲੀ ਖਾਲੀ ਕਰ ਲਵਾਂਗੇ, ਅਤੇ ਜਿੰਨੀ ਕੁ ਤੂੜੀ ਸਾਨੂੰ ਚਾਹੀਦੀ ਅਸੀਂ ਉੱਨੀ ਕੁ ਕਰਨੀ, ਜ਼ਿਆਦਾ ਕੋਈ ਵੀ ਨਹੀਂ ਕਿ ਬਾਈ ਜੇ ਸਾਰੇ ਖੇਤ ਤੂੜੀ ਨਾਲ ਹੀ ਕੱਢਣੇ ਆ, ਜਿੰਨੀ ਕੁ ਸਾਨੂੰ ਲੋੜ ਹੈਗੀ ਆ ਅਸੀਂ ਉੱਨਾ ਕੀ ਕਰਾਂਗੇ, ਜ਼ਿਆਦਾ ਕਰਨ ਦੀ ਵੀ ਸਾਨੂੰ ਲੋੜ ਤਾਂ ਹੈ ਨਹੀਂ। ਉਹ ਮੁੰਡੇ ਪਾਲਾ, ਮਤਲਬ ਡਾਇਨਾਸੋਰ ਇੰਨਾ ਪਾਵਰਫੁੱਲ ਵਾ ਕਿ ਇਹਨੂੰ ਬਾਈ ਉਹਦੇ ਕੋਈ ਹੈ ਹੀ ਨਹੀਂਗਾ ਨਾ ਕਿ ਜ਼ੋਰ ਲੱਗਾ ਹੋਵੇ। ਆਰਾਮ ਨਾਲ ਮੱਠੀ ਮੱਠੀ ਦੀ ਸਪੀਡ ਨਾਲ 10 ਦੀ ਸਪੀਡ 'ਤੇ ਤੁਰਿਆ ਹੋਇਆ ਵਾ, ਅਤੇ ਕੋਈ ਇਸ਼ੂ ਹਜੇ ਤੱਕ ਤਾਂ ਮੈਨੂੰ ਆਇਆ ਨਹੀਂ। ਬਾਕੀ ਬਾਅਦ 'ਚੋਂ ਪਤਾ ਨਹੀਂ ਕੋਈ ਮਕੈਨੀਕਲ ਇਹਨੂੰ ਇਸ਼ੂ ਆ ਜਾਵੇ ਤਾਂ ਪੰਗਾ ਆ। ਤੁਸੀਂ ਹੁਣ ਸਾਰੇ ਕਮੈਂਟ ਕਰਕੇ ਨੀਚੇ ਦੱਸੋ ਅਸੀਂ ਸਕੋਰਪੀਓ ਨੂੰ ਬਾਈ ਕਨਵਰਟ ਕਰੀਏ, ਕਿਹੜੇ ਮਾਡਲ 'ਚ ਕਰੀਏ, ਜਾਂ ਬਿਲਕੁਲ ਹੀ ਲੇਟੈਸਟ ਕਰੀਏ। ਜਿਹੜੇ ਵੀ ਤੁਸੀਂ ਮਾਡਲ ਕਹੋਗੇ ਕਨਵਰਟ ਕਰਨ ਨੂੰ, ਅਸੀਂ ਉਹਦੇ ਵਿੱਚ ਹੀ ਕਰਾਂਗੇ, ਅਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਸਹੀ ਲੱਗੂਗਾ ਅਸੀਂ ਉਵੇਂ ਹੀ ਕਰਨਾ। ਅਤੇ ਕੋਈ ਫੇਵਰੇਟ ਟਰੈਕਟਰ ਤੁਹਾਡਾ ਜਾਂ ਕੋਈ ਵੀ ਹੈਗਾ ਆ ਜਿਹਦੇ 'ਚ ਸਭ ਤੋਂ ਜ਼ਿਆਦਾ ਵੋਟਾਂ ਆਈਆਂ, ਅਸੀਂ ਉਹਦੇ 'ਤੇ ਕੰਮ ਕਰਾਂਗੇ। ਸੋ ਸਾਰੇ ਬਾਈਕ ਕਮੈਂਟ ਦੇਖ ਕੇ ਕਮੈਂਟ ਕਰਿਆ ਕਰੋ। ਜੇ ਕਿਸੇ ਨੇ 855 ਦੀ ਜ਼ਿਆਦਾ ਵੋਟਾਂ ਕੀਤੀਆਂ, ਤੁਸੀਂ ਵੀ 855 ਦੀ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਜਿਹੜੇ ਸਭ ਤੋਂ ਜ਼ਿਆਦਾ ਕਮੈਂਟ ਆਉਂਦੇ ਅਸੀਂ ਉਸੇ ਰਿਲੇਟਡ ਟਰੈਕਟਰ ਬਣਾਉਂਦੇ ਹਾਂ। ਅਤੇ ਬਾਕੀ ਕਮਿਊਨਿਟੀ ਪੋਸਟ ਵਿੱਚ ਮੈਂ ਲਿੰਕ ਵਗੈਰਾ ਦਿੰਦਾ ਰਹਿੰਦਾ ਮੈਂ ਵੀਡੀਓਜ਼ ਦੀ, ਅਤੇ ਮੋਡਸ ਦੇ ਵੀ ਲਿੰਕ ਆਉਂਦੇ, ਅਤੇ ਉਹਦੇ 'ਤੇ ਸਹੀ ਤੁਹਾਨੂੰ ਸਾਰਿਆਂ ਨੂੰ ਉਹ ਚੀਜ਼ ਦੇਖਣ ਨੂੰ ਮਿਲੇਗੀ ਕਿ ਕਿਹੜਾ ਮੋਡ ਬਣਾਈਏ। ਸੋ ਉਹਦੇ ਵਿੱਚ ਜਿਹੜੀਆਂ ਵੋਟਾਂ ਸਭ ਤੋਂ ਜ਼ਿਆਦਾ ਆਉਂਦੀਆਂ ਅਸੀਂ ਉਸੇ ਮੋਡ 'ਤੇ ਕੰਮ ਕਰਦੇ ਹਾਂ। ਅਤੇ ਚੈਨਲ ਨੂੰ ਇਸੇ ਕਹਿੰਦਾ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਆਲ 'ਤੇ ਕਰ ਲਓ, ਤਾਂ ਕਿ ਤੁਹਾਨੂੰ ਨਿੱਕੀ ਨਿੱਕੀ ਖਬਰ ਵੀ ਮਿਲਦੀ ਰਹੇ, ਅਤੇ ਤੁਸੀਂ ਕਿਸੇ ਨਵੇਂ ਪੁਰਾਣੇ ਮੋਡ ਤੋਂ ਵਾਂਝੇ ਨਾ ਰਹਿ ਜਾਓ, ਕਿਉਂਕਿ ਉੱਥੇ ਲਿੰਕ ਤੁਹਾਨੂੰ ਸਾਰਿਆਂ ਨੂੰ ਮਿਲਦੇ ਰਹੂਗੇ। ਹੁਣ ਮੇਰੇ ਤੋਂ ਇਲਾਵਾ ਜਿਵੇਂ ਪੰਕਜ ਬਾਈ ਦੇ ਵੀ ਹੋਵੇ, ਉਹ ਵੀ ਮੈਂ ਲਿੰਕ ਦੇ ਦਿਆ ਕਰੂੰਗਾ ਬਾਈ ਨੂੰ ਪੁੱਛ ਕੇ ਨਾ। ਵੈਸੇ ਬਾਈ ਨੇ ਮਨਾ ਤਾਂ ਕਰਨਾ ਨਹੀਂ ਹੈਗਾ ਨਾ, ਬਾਈ ਨੇ ਕਹਿੰਦਾ ਕੋਈ ਚੱਕਰ ਨਹੀਂ, ਬਟ ਅਸੀਂ ਫਿਰ ਵੀ ਤੁਹਾਨੂੰ ਪੁੱਛ ਕੇ ਦੇਵਾਂਗੇ ਜਿਹੜਾ ਲਿੰਕ ਕਹੋਗੇ। ਜਿਵੇਂ ਹੁਣ ਬਾਈ ਤੂੜੀ ਵਾਲਾ ਮਸ਼ੀਨ ਦਾ ਵਾ, ਤੁਹਾਨੂੰ ਪੁੱਛ ਦੇਵਾਂਗੇ ਪੰਕਜ ਬਾਈ ਤੋਂ, ਜੇ ਚਾਹੀਦਾ ਹੋਇਆ ਤਾਂ ਅਸੀਂ ਵਿਦਇਨ 2 ਜਾਂ 3 ਡੇਜ਼ ਵਿੱਚ ਮੈਂ ਤੁਹਾਨੂੰ ਅਪਡੇਟ ਕਰ ਦੂੰਗਾ। ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਰੀਏ ਜਲਦੀ ਜਲਦੀ ਮੁੰਡੇ। ਅਤੇ ਬਾਕੀ ਟਰਾਲੀਆਂ ਖਾਲੀ ਕਰਨ ਦਾ ਟਾਈਮ ਵੀ ਹੋ ਚੁੱਕਾ ਹੀ ਆ, ਟਰਾਲੀਆਂ ਅਸੀਂ ਕੋਈ ਨਾ ਖਾਲੀ ਕਰ ਲਵਾਂਗੇ। ਬਸ ਹਾਲ ਹੈ ਇੱਕ ਆਖਰੀ ਲਾਈਨ ਕਰਨੀ ਆ, ਮੇਰਾ ਮਨ ਨਹੀਂ ਕਰ ਰਿਹਾ ਹੁਣ ਕਣਕ ਕੱਢਣ ਨੂੰ, ਕਿਉਂਕਿ ਆਹ ਤੂੜੀ ਬਾਈ ਤੂੜੀ 'ਚ ਕੰਮ ਤਾਂ ਠੀਕ ਆ, ਬਟ ਮੈਨੂੰ ਲੱਗਾ ਸੀ ਹੈਲਪਰ ਲੱਗ ਜੂਗੀ ਤਾਂ ਮੈਂ ਈਜ਼ੀਲੀ ਆਪਦਾ ਕੰਮ ਕਰ ਲੂੰ, ਬਟ ਇੱਦਾਂ ਤਾਂ ਬਾਈ ਅਸੀਂ ਬਾਹਲਾ ਕੰਮ ਰਹਿਣਾ, ਕਿਉਂਕਿ ਦੋ ਬਾਈ ਸਾਡੀਆਂ ਖਾਲੀ ਹੋਣ ਨੂੰ ਖੜੀਆਂ ਨੇ, ਅਤੇ ਆਪਾਂ ਟਰਾਲੀ ਲੈ ਕੇ ਆਉਂਦੇ ਹਾਂ ਆਹ ਕਰਨ ਤੋਂ ਬਾਅਦ। ਅਤੇ ਇੰਨੇ ਕੀ ਆ ਬਾਈ, ਆਪਾਂ ਭੋਲੇ ਬਾਈ ਨੂੰ ਦੇ ਦਾਂਗੇ, ਕਿਉਂਕਿ ਉਹਨੇ ਥੋੜ੍ਹੇ ਪਸ਼ੂ ਵਗੈਰਾ ਰੱਖੇ ਹੋਏ ਨੇ ਉਹਦੇ ਕੰਮ ਦੀ ਆ, ਅਤੇ ਅਸੀਂ ਆਹ ਬਸ ਜਿੰਨਾ ਕੁ ਮੈਂ ਇੱਥੇ ਕਰ ਦਿੰਦਾ, ਜੇ ਬਾਅਦ 'ਚ ਲੋੜ ਪਈ ਤਾਂ ਮੈਂ ਕਰ ਲੂੰਗਾ, ਬਟ ਆਖਰੀ ਲੈਣੀ ਆ। ਸੋ ਹੁਣ ਆਪਾਂ ਟਰਾਲੀ ਲੈ ਕੇ ਆਉਂਦੇ, ਅਤੇ ਟਰਾਲੀ ਕਰਦੇ ਹਾਂ ਖਾਲੀ ਜਲਦੀ ਤੋਂ ਜਲਦੀ। ਉਹ ਮੈਂ ਲੱਗਾ ਬਾਈ ਚੱਕ ਹੋ ਗਿਆ, ਇਹਨਾਂ ਸਟੰਟ ਵੀ ਦੇ ਦਿਆਂ ਬਾਈ, ਇੱਕ ਕਰਾਵਾਂਗੇ ਪਹਿਲਾਂ ਟਰੈਕਟਰ ਵਿਹਲਾ ਹੋ ਜਾਵੇ, ਪਹਿਲਾਂ ਖੇਤ ਵਾਲੇ ਕੰਮ 'ਚੋਂ। ਅਤੇ ਵੱਡੀ ਟਰਾਲੀ ਵੀ ਹੈਗੀ, ਬਟ ਆਪਾਂ ਪਹਿਲਾਂ ਛੋਟੀ ਫਿਲ ਕਰ ਲੈਂਦੇ ਹਾਂ। ਵੱਡੀ ਨਾਲ ਇੰਨਾ ਸਾਨੂੰ ਕੋਈ ਇਸ਼ੂ ਤਾਂ ਹੈ ਨਹੀਂ ਗਾ ਕਿ ਆਪਾਂ ਵੱਡੀ ਹਰ ਜਗ੍ਹਾ ਘਸੇੜਨੀ ਹੈ। ਜਿੱਥੇ ਬਾਈ ਛੋਟੀ ਨਾਲ ਕੰਮ ਚੱਲਦਾ, ਛੋਟੀ ਨਾਲ ਕੰਮ ਸਾਰ ਲਓ। ਅਤੇ ਇੱਕ ਚੀਜ਼ ਮੈਂ ਤੁਹਾਨੂੰ ਫਿਰ ਵਾਰ ਵਾਰ ਯਾਦ ਕਰਾ ਰਿਹਾ ਕਿ ਬਾਈ ਸਾਊਂਡ ਤਾਂ ਦੱਸੋ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗ ਰਹੀ ਹੈ, ਕਿਉਂਕਿ ਮਾਈਕ ਨਵਾਂ ਵਾ ਅਤੇ ਮੈਨੂੰ ਹਲੇ ਸੈਟਿੰਗਸ ਇਹਦੀਆਂ ਮੈਂ ਕਰ ਰਿਹਾ ਹੌਲੀ ਹੌਲੀ। ਅਤੇ ਜੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੈ ਤਾਂ ਆਵਾਜ਼ ਬਾਈ ਦੱਸੋ ਸਾਰਿਆਂ ਨੇ, ਤਾਂ ਅਸੀਂ ਇਹੀ ਸੈਟਿੰਗਸ 'ਤੇ ਕਰੀਏ ਨਾ ਵਾਰ ਵਾਰ ਇੱਥੇ ਗੇਮ ਖੇਡਿਆ ਕਰੀਏ। ਅਤੇ ਇੱਧਰ ਬਾਈ ਦੇਖੋ ਹਲੇ 53% ਅੱਧਾ ਖੇਤ ਮਤਲਬ ਭਰ ਕਰਕੇ, ਅੱਧੇ 'ਚ ਅੱਧਾ ਕਰਤਾ, ਹਾਂ ਅੱਧਾ ਕਰਤਾ, ਅਤੇ ਅੱਧੀ ਮਸ਼ੀਨ ਵੀ ਫੁੱਲ ਹੋ ਚੁੱਕੀ, ਅਤੇ ਪਾਈਪ ਬਾਹਲੀ ਵੱਡੀ ਇਹਦੀ, ਥੋੜ੍ਹਾ ਜਿਹਾ ਸਿਸਟਮੈਟਿਕ ਕੰਮ ਲੈ ਕੇ ਜਾਣਾ ਪੈਣਾ। ਲਓ ਜੀ ਉੱਧਰ ਟਰਾਲੀ ਹੋ ਰਹੀ ਆ ਖਾਲੀ ਖਾਲੀ, ਅਤੇ ਲਓ ਬਾਈ ਇੱਧਰ ਹੋ ਚੁੱਕੀ ਆ ਖਾਲੀ, ਅਤੇ ਚੱਲੀਏ ਅਸੀਂ ਨੈਕਸਟ ਸਟੋਪ 'ਤੇ। ਅਤੇ 6% ਟਰਾਲੀ ਭਰੀ ਆ ਬਸ, ਮਤਲਬ ਤਾਂ ਸਾਰੇ ਇੱਕ ਪਰ ਇੰਨਾ ਨਹੀਂ ਹੈ, ਜ਼ਿਆਦਾ ਭਰਨੀ ਚਾਹੀਦੀ ਸੀਗੀ, ਸ਼ਾਇਦ ਉੱਧਰਲੇ ਪਾਸੇ ਜ਼ਿਆਦਾ ਆਵੇ, ਉਹਦੀ ਸਟੋਰੇਜ ਤਾਂ ਮੈਨੂੰ ਯਾਦ ਪਤਾ ਨਹੀਂ ਹੈਗਾ, ਬਟ ਜਿੰਨੀ ਵੀ ਹੈਗੀ ਤਾਂ ਆਪਾਂ ਕਰ ਰਹੇ ਜਲਦੀ ਜਲਦੀ ਫਿਲ। ਉਹਦੀ ਸਟੋਰੇਜ ਤਾਂ ਕਾਫੀ ਜ਼ਿਆਦਾ ਮੈਂ ਕੀਤੀ ਹੋਈ ਸੀ, ਮੈਨੂੰ ਇੰਨਾ ਯਾਦ ਆ। ਅਤੇ ਇਹਦੀ ਬਾਈ ਪਹਿਲੇ ਪਾਈਪ ਬਾਹਰ ਆ, ਨਿੱਕੀ ਨਿੱਕੀ ਜਿਹੀ ਪੈਪ ਵਾਲੀ ਘੈਂਟ ਲੱਗਦੀ ਹੈ, ਅਤੇ ਕੱਲ ਹੀ ਕਰੂਗਾ ਕਿ ਬਾਈ ਸਾਨੂੰ ਆਪ ਜਾਣਾ ਪੈਣਾ। ਬਾਈ ਪੰਗਾ ਨਾ ਪੈ ਜੇ ਆਪਾਂ, ਤੁਸੀਂ ਦੇਖਿਆ ਹੁਣ ਕੀ ਹੋਇਆ, ਮੇਰੀ ਗੇਮ ਹੋ ਗਈ ਸੀਗਾ ਇਸ ਲੈਗ, ਪਤਾ ਨਹੀਂ ਕੀ ਇਸ਼ੂ ਸੀਗਾ, ਗੇਮ ਸਟੱਕ ਹੋ ਗਈ। ਮੈਂ ਸੇਵ ਕੀਤੀ, ਤੁਸੀਂ ਸਾਰਿਆਂ ਨੇ ਦੇਖੀ ਨਾ, ਮੈਂ ਵੀਡੀਓ ਕੱਟ ਕੀਤੀ ਨਹੀਂ ਪੂਰੀ, ਅਤੇ ਸਟੱਕ ਹੋ ਗਈ, ਮੈਂ ਕੁਇਟ ਕਰਕੇ ਰੀਟ੍ਰਾਈ ਕੀਤੀ, ਅਤੇ ਬਾਈ ਗੇਮ ਲਾਸਟ
ਸਾਰਾ ਫਾਰਮ ਵੀ ਉਵੇਂ ਦਾ ਉਵੇਂ ਖੜ੍ਹਾ ਆ ਅਤੇ ਆਹ ਦੇਖ ਲਓ ਬਾਈ ਟਰਾਲੀ ਵੀ ਉੱਥੇ ਦੀ ਉੱਥੇ ਨਵੀਆਂ ਮਸ਼ੀਨਾਂ ਸਾਰੀਆਂ ਉੱਥੇ ਖੜ੍ਹੇ ਮਤਲਬ ਲਾਸਟ ਚੈੱਕ ਪੁਆਇੰਟ ਉਹੀ ਸੀ ਸੇਵ ਇਹ ਚੀਜ਼ ਮੇਰੇ ਨਾਲ ਪਹਿਲਾਂ ਵੀ ਹੋਈ ਹੈ ਬਟ ਉਦੋਂ ਟਾਈਮ ਸੀ ਬਟ ਇਸ ਵੇਲੇ ਜਦੋਂ ਮੇਰੇ ਕੋਲ ਟਾਈਮ ਨਹੀਂ ਸੀਗਾ ਇਸ ਕਰਕੇ ਮੈਂ ਇੰਨੀ ਕੁ ਵੀਡੀਓ ਕੀਤੀ ਤੁਹਾਨੂੰ ਸਾਰਾ ਰੀਜ਼ਨ ਦੱਸਤਾ ਬਾਕੀ ਵੀਡੀਓ ਕੰਟੀਨਿਊ ਕਰਾਂਗੇ ਅਸੀਂ ਨੈਕਸਟ ਪਾਰਟ ਵਿੱਚ ਨੈਕਸਟ ਪਾਰਟ ਵਿੱਚ ਤੁਹਾਨੂੰ ਦਿਖਾਵਾਂਗੇ ਬਾਈ ਡਾਇਨਾਸੋਰ ਦਾ ਜ਼ੋਰ ਅਤੇ ਟੋਚ ਮੁਕਾਬਲੇ ਵੀ ਬਹੁਤ ਜਲਦੀ ਆਉਣ ਵਾਲੇ ਆ ਡਾਇਨਾਸੋਰ ਦੇ ਨਾਲ ਤੋ ਵੀਡੀਓ ਨੂੰ ਲਾਈਕ ਕਰ ਦਿਓ ਮੁੰਡੇ ਇੰਨੀ ਕੁ ਵੀਡੀਓ ਅਤੇ ਇਸ ਚੀਜ਼ ਲਈ ਮੈਂ ਬਹੁਤ ਸੋਰੀ ਮੰਗਦਾ ਵਾਂ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਿੱਚ ਹੀ ਇੰਟਰਪਟ ਕਰਨੀ ਪਈ ਬਟ ਮੇਰਾ ਵਿੱਚ ਕੋਈ ਇਸ਼ੂ ਬਾਈ ਸਹੀ ਨਹੀਂ ਸੀਗਾ ਤੁਸੀਂ ਟਾਈਮ ਦੇਖ ਸਕਦੇ ਹੋ ਲੈਫਟ ਸਾਈਡ 'ਤੇ ਟੋਪ 'ਤੇ ਆ ਰਿਹਾ ਕਿ ਮੈਂ ਕਿੰਨੇ ਵਜੇ ਸ਼ੂਟ ਕਰ ਰਿਹਾ ਵਾਂ ਅਤੇ ਜਿਸ ਦਿਨ ਤੁਹਾਨੂੰ ਵੀਡੀਓ ਆਈ ਉਸ ਤੋਂ ਇੱਕ ਦਿਨ ਪਹਿਲਾਂ ਦੀ ਵੀਡੀਓ ਬਸ ਮੇਰੇ ਕੋਲ ਬਾਈ ਟਾਈਮ ਘੱਟ ਸੀ ਐਡੀਟਿੰਗ ਵਗੈਰਾ 'ਚ ਟਾਈਮ ਲੱਗ ਜਾਂਦਾ ਕੋਈ ਚੱਕਰ ਨਹੀਂ ਅਸੀਂ ਨੈਕਸਟ ਵੀਡੀਓ ਬਹੁਤ ਜਲਦੀ ਲੈ ਕੇ ਆਵਾਂਗੇ ਮੈਂ ਕੋਸ਼ਿਸ਼ ਕਰੂੰਗਾ ਕਿ 2 ਦਿਨਾਂ ਬਾਅਦ ਹੀ ਵੀਡੀਓ ਲੈ ਕੇ ਆਈਏ ਅਤੇ ਇਸ ਤੋਂ ਅੱਗੇ ਕੰਟੀਨਿਊ ਅਸੀਂ ਕਰਾਂਗੇ ਜਿੱਥੋਂ ਬਾਈ ਲਾਸਟ ਸਾਡੀ ਡਿਸਕਨਟੀਨਿਊ ਹੋਈ ਸੀ ਸੋ ਥੈਂਕ ਯੂ ਵੈਰੀ ਮੱਚ ਫੋਰ ਯੋਰ ਸਪੋਰਟ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਨੈਕਸਟ ਵੀਡੀਓ 'ਚ ਤਦ ਤੱਕ ਲਈ ਚੰਗਾ ਮੁੰਡਿਓ ਖਿਆਲ ਰੱਖਿਓ ਆਪਣਾ ਸਾਰੇ ਜਾਣੇ